ਦੋਸਤੋ, ਸਿੱਧੂ ਮੂਸੇਵਾਲੇ ਦੇ ਸਾਰੇ ਫੈਨਸ ਦੇ ਲਈ ਇੱਕ ਖੁਸ਼ੀ ਦੀ ਖਬਰ ਆਈ ਹੈ ਨਿਕਲ ਕੇ। ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ, ਜਿਸ ਦੀ ਕਿ ਤਿਆਰੀ ਪਿਛਲੇ 2 ਸਾਲਾਂ ਤੋਂ ਚੱਲ ਰਹੀ ਆ ਅਤੇ ਦੋਸਤੋ ਕੰਪਲੀਟ ਹੋਣ ਦੇ ਵਿੱਚ ਹਾਲੇ ਸਮਾਂ ਲੱਗ ਸਕਦਾ ਆ, ਪਰ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਚਮਕੌਰ ਸਿੰਘ ਨੇ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਆ। ਕਿਹਾ ਵੀ ਜਿਹੜੇ ਹੋਲੋਗ੍ਰਾਮ ਦੇ ਸ਼ੋਅ ਉਹ ਲੱਗਣਗੇ ਜਿਹੜੇ ਸਿੱਧੂ ਦੇ ਪਹਿਲਾਂ ਡਿਸਾਈਡ ਹੋਏ ਹੋਏ ਸੀ। ਜੀ ਹਾਂ ਦੋਸਤੋ, ਮੂਸਟੇਪ ਵਰਲਡ ਟੂਰ ਸੀ ਸਿੱਧੂ ਮੂਸੇਵਾਲੇ ਦਾ, ਤੁਹਾਨੂੰ ਪਤਾ ਆ ਕਿਤੇ ਕਿਤੇ ਮੂਸਟੇਪ 'ਤੇ ਉਹ ਸ਼ੋਅ ਹੋਣੇ ਸੀ। ਅਗਸਤ 2022 ਦੇ ਵਿੱਚ ਉਹ ਟੂਰ ਸਟਾਰਟ ਹੋਣਾ ਸੀ। ਜੂਨ 2022 'ਚ ਸਿੱਧੂ ਮੂਸੇਵਾਲੇ ਨੇ ਟੂਰ ਦੇ ਲਈ ਚਲੇ ਜਾਣਾ ਸੀ ਅਤੇ ਉਸ ਸ਼ੋਅ ਦੇ ਵਿੱਚ ਡਰੇਕ ਨੇ ਵੀ ਆਉਣਾ ਸੀ, ਜਿਹੜਾ ਟੋਰਾਂਟੋ ਦੇ ਵਿੱਚ ਹੋਣਾ ਸੀ। ਤਾਇਆ ਚਮਕੌਰ ਸਿੰਘ ਜੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕਿਹਾ ਵੀ ਜਨਵਰੀ ਫਰਵਰੀ ਤੱਕ ਹੋਲੋਗ੍ਰਾਮ ਪੂਰਾ ਰੈਡੀ ਹੋ ਜਾਵੇਗਾ 2025 ਦੇ। ਤਾਂ ਤੁਸੀਂ ਸੁਣੀ ਲਿਆ ਹੈ, ਤਾਇਆ ਜੀ ਨੇ ਕਿਹਾ ਹੈ ਕਿ ਲੇਜ਼ਰ ਸ਼ੋ ਜਨਵਰੀ ਫਰਵਰੀ ਤੱਕ ਤਿਆਰ ਹੋ ਜਾਊਗਾ। ਬਹੁਤ ਵੱਡੀ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਖੁਸ਼ੀ ਦੀ ਖਬਰ ਆ ਇਹ, ਕਿਉਂਕਿ ਪਿਛਲੇ 6-7 ਮਹੀਨੇ ਤੋਂ ਕੋਈ ਅਪਡੇਟ ਨਹੀਂ ਆਈ ਸੀ ਹੋਲੋਗ੍ਰਾਮ ਦੇ ਬਾਰੇ, ਕਿਵੇਂ ਕਦੋਂ ਤਿਆਰ ਹੋਵੇਗਾ। ਡਿਸਕ੍ਰਿਪਸ਼ਨ ਅਤੇ ਫਸਟ ਕਮੈਂਟ 'ਚ ਅਰਜਨ ਢਿੱਲੋਂ ਦੀ ਲੀਕ ਹੋਈ ਐਲਬਮ ਬਾਰੇ ਅਰਜਨ ਢਿੱਲੋਂ ਦਾ ਵੱਡਾ ਬਿਆਨ ਆਇਆ, ਦੇਖੇ ਜ਼ਰੂਰ ਡਿਸਕ੍ਰਿਪਸ਼ਨ ਅਤੇ ਫਸਟ ਕਮੈਂਟ। ਧੰਨਵਾਦ।